ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਹਰ ਹਫਤੇ ਦੀ ਤਰ੍ਹਾਂ ਦੋਸਤੋ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ 2016 ਬੜਾ ਬਸ ਕੁਝ ਦਿਨਾਂ ਦਾ ਪੁਰਾਣਾ ਹੈ ਤੇ ਫਿਰ ਅਸੀਂ 2017 ਬਰੇ ਦੇ ਵਿੱਚ ਪ੍ਰਵੇਸ਼ ਕਰ ਜਾਵਾਂਗੇ ਬੇਸ਼ੱਕ ਹਾਲੇ ਕੁਝ ਦਿਨ ਬਾਕੀ ਨੇ ਨਵੇਂ ਬਰੇ ਦੇ ਵਿੱਚ ਪਰ ਜੇਕਰ ਅਸੀਂ ਚਾਲੂ ਬਰੇ 2016 ਦੀ ਵੱਖ-ਵੱਖ ਖੇਤਰਾਂ ਦੇ ਵਿੱਚ ਪ੍ਰਾਪਤੀ ਦੀ ਜਾਂ ਚੁਣੌਤੀਆਂ ਦੀ ਗੱਲ ਕਰੀਏ ਤਾਂ ਇਹਦੇ ਉੱਤੇ ਵੱਖ-ਵੱਖ ਵਿਦਵਾਨਾਂ ਦੇ ਵੱਲੋਂ ਵੱਖ-ਵੱਖ ਮਾਹਰਾਂ ਦੇ ਵੱਲੋਂ ਕਈ ਤਰ੍ਹਾਂ ਦਾ ਲੇਖਾ ਜੋਖਾ ਪੇਸ਼ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਚਾਲੂ ਬਰੇ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਕਿੱਥੇ ਕਿ ਪਹੁੰਚੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦੇ ਨਾਲ ਭਾਰਤ ਵਾਸੀਆਂ ਨੂੰ ਮੱਥਾ ਲਾਉਣਾ ਪਿਆ ਕਿਹੜੀਆਂ-ਕਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਕਹਿਣ ਦਾ ਭਾਵ ਇਹ ਆ ਕਿ ਹਰ ਖੇਤਰ ਬੇਸ਼ੱਕ ਉਹ ਵਪਾਰ ਦਾ ਖੇਤਰ ਹੋਵੇ ਬੇਸ਼ੱਕ ਸਿੱਖਿਆ ਦਾ ਹੋਵੇ ਰਾਜਨੀਤਿਕ ਹੋਵੇ ਫਿਲਮ ਖੇਤਰ ਦਾ ਹੋਵੇ ਜਾਂ ਕਿਸੇ ਹੋਰ ਖੇਤਰ ਦਾ ਜ਼ਿਕਰ ਅਸੀਂ ਮਿੱਠੇ ਸਲੂਨੇ ਤਜਰਬੇ ਆਪਣੇ ਬੋਝੇ ਦੇ ਵਿੱਚ ਪਾ ਕੇ ਅਗਲੇ ਬਰੇ ਦੇ ਵਿੱਚ ਪ੍ਰਵੇਸ਼ ਕਰ ਜਾਵਾਂਗੇ ਪਰ ਜੇਕਰ ਅਸੀਂ ਸਿਰਫ ਤੇ ਸਿਰਫ ਬਾਲੀਵੁੱਡ ਤੱਕ ਸੀਮਤ ਗੱਲ ਰੱਖੀਏ ਤਾਂ ਚਾਲੂ ਵਾਰਾ ਬਹੁਤ ਸਾਰੇ ਵਿਵਾਦਾਂ ਨੂੰ ਨਾਲ ਲੈ ਕੇ ਆਇਆ 2016 ਦੇ ਵਿੱਚ ਬਹੁਤ ਘੱਟ ਫਿਲਮਾਂ ਕਾਮਯਾਬ ਹੋਈਆਂ ਕਾਮਯਾਬ ਉਹ ਹੋਈਆਂ ਜਿਨ੍ਹਾਂ ਤੋਂ ਉਮੀਦ ਨਹੀਂ ਸੀ ਤੇ ਫਲੌਪ ਉਹ ਹੋਈਆਂ ਜਿਨ੍ਹਾਂ ਤੋਂ ਕਾਮਯਾਬੀ ਦੀ ਉਮੀਦ ਸੀ ਇਨੀਆਂ ਕਵੱਡੀਆਂ ਫਿਲਮਾਂ ਕਰੋੜਾਂ ਰੁਪਏ ਦੇ ਬਜਟ ਵਾਲੀਆਂ ਮੁੱਦੇ ਮੂੰਹ ਡਿੱਗੀਆਂ ਕਿ ਦਰਸ਼ਕ ਹੈਰਾਨ ਰਹਿ ਗਿਆ ਕਦੇ ਨੋਟਬੰਦੀ ਦੀ ਮਾਰ ਕਦੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤੀ ਫਿਲਮਾਂ ਵਿੱਚ ਕੰਮ ਕਿਹੜੀ ਗੱਲਾਂ ਮਿਲ ਰਿਹਾ ਇਹਦੀ ਮਾਰ ਕਦੇ ਫਿਲਮਾਂ ਦੇ ਵਿੱਚ ਦੋ ਅਰਥੀ ਗੱਲਾਂ ਦੀ ਮਾਰ ਗੱਲ ਕੀ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋਏ ਤੇ ਜੇਕਰ ਅਸੀਂ ਗੱਲ ਪਹਿਲੀ ਫਿਲਮ ਦੀ ਕਰੀਏ ਤਾਂ ਉੜਤਾ ਪੰਜਾਬ ਦਾ ਜ਼ਿਕਰ ਜ਼ਰੂਰ ਕਰਨਾ ਬਣਦਾ ਹੈ ਉੜਤਾ ਪੰਜਾਬ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜਿਵੇਂ ਵਿਵਾਦਾਂ ਦੇ ਘੇਰੇ ਦੇ ਵਿੱਚ ਆਈ ਆਪਾਂ ਸਾਰੇ ਜਾਣਦੇ ਹਾਂ ਇਸ ਫਿਲਮ ਦੇ ਵਿੱਚ ਪੰਜਾਬ ਦੇ ਤਰਤਲ ਨੂੰ ਪੇਸ਼ ਕੀਤਾ ਗਿਆ ਸੀ ਇਹਦੇ ਬਾਬਤ ਬਹੁਤ ਵੱਡਾ ਰੌਲਾ ਵੀ ਪਿਆ ਅਦਾਲਤ ਤੱਕ ਪਹੁੰਚ ਕਰਨੀ ਪਈ ਫਿਲਮ ਸਾਜ਼ ਨੂੰ ਤੇ ਇਹ ਫਿਲਮ ਰਿਲੀਜ਼ ਵੀ ਹੋ ਗਈ ਇਸ ਫਿਲਮ ਦੇ ਵਿੱਚ ਗਾਲਾਂ ਦੀ ਪਰਮਾਰ ਸੀ ਕੁਝ ਕੁ ਲੋਕਾਂ ਨੇ ਕਿਹਾ ਕਿ ਗਾਲਾਂ ਕੱਢਣੀਆਂ ਜਾਂ ਸੁਣਨੀਆਂ ਕੋਈ ਮਾੜੀ ਗੱਲ ਨਹੀਂ ਫਿਲਮ ਦੇ ਜ਼ਰੀਏ ਕਿਉਂਕਿ ਅਸੀਂ ਸਾਰੇ ਹੀ ਗਾਲਾਂ ਕੱਢਦੇ ਹਾਂ ਪਰ ਸਮਾਜ ਦੇ ਇੱਕ ਹਿੱਸੇ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਪਰਿਵਾਰ ਸਮੇਤ ਫਿਲਮਾਂ ਦੇਖਣ ਜਾਂਦੇ ਹਾਂ ਮਨੋਰੰਜਨ ਕਰਨ ਦੇ ਲਈ ਨਾ ਕਿ ਅਸੀਂ ਟਿਕਟ ਖਰੀਦ ਕੇ ਗਾਣੇ ਸੁਣਨ ਜਾਂਦੇ ਆ। ਸੋ ਤਮਾਮ ਵਿਵਾਦਾਂ ਦੇ ਬਾਵਜੂਦ ਉੜਤਾ ਪੰਜਾਬ ਫਿਲਮ ਕਾਮਯਾਬ ਰਹੀ। ਇਹਦੇ ਵਿੱਚ ਕੁਝ ਕਿ ਇਹੋ ਜਿਹੀਆਂ ਗੱਲਾਂ ਵੀ ਕਹੀਆਂ ਗਈਆਂ ਜਿਹੜੀਆਂ ਸ਼ੋਭਦੀਆਂ ਨਹੀਂ ਸਨ ਪਰ ਫਿਲਮ ਚੱਲ ਨਿਕਲੀ। ਜੇ ਅਸੀਂ ਗੱਲ ਕਰੀਏ ਪਾਕਿਸਤਾਨੀ ਕਲਾਕਾਰਾਂ ਦੀ ਤਾਂ ਇਹੋ ਜਿਹੀਆਂ ਮੁਸ਼ਕਲਾਂ 2016 ਦੇ ਵਿੱਚ ਫਿਲਮਾਂ ਨੂੰ ਸਾਹਮਣੇ ਆਈਆਂ ਕਿ ਬਹੁਤ ਸਾਰੇ ਵਿਵਾਦ ਪੈਦਾ ਹੋਏ ਇੱਕ ਵਾਰ ਤਾਂ ਇਹ ਜਾਪਦਾ ਸੀ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਵੱਲੋਂ ਸਿਨੇਮੀਆਂ ਦੀ ਪੰਨ ਤੋੜ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਦਿਲ ਹੈ ਮੁਸ਼ਕਿਲ ਤੇ ਕੁਝ ਕੁ ਹੋਰ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਸੀ ਬਾਅਦ ਦੇ ਵਿੱਚ ਉਹਨਾਂ ਫਿਲਮ ਸਾਧਾਂ ਦੇ ਵੱਲੋਂ ਉਹਨਾਂ ਕਲਾਕਾਰਾਂ ਦੇ ਵੱਲੋਂ ਇਸ ਗੱਲ ਦਾ ਵਾਅਦਾ ਕੀਤਾ ਗਿਆ ਕਿ ਅਸੀਂ ਭਵਖ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਾਂਗੇ ਫਿਰ ਕਿਤੇ ਜਾ ਕੇ ਇਹ ਦਿਲ ਹੈ ਮੁਸ਼ਕਿਲ ਫਿਲਮ ਰਿਲੀਜ਼ ਹੋਈ ਤੇ ਇਸ ਫਿਲਮ ਨੇ ਚੰਗੀ ਕਾਮਯਾਬੀ ਵੀ ਹਾਸਲ ਕੀਤੀ ਫਵਾਦ ਖਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋਏ ਜੋ ਕਿ ਪਾਕਿਸਤਾਨੀ ਕਲਾਕਾਰ ਨੇ ਤੇ ਕੁਝ ਹੋਰਾਂ ਦਾ ਨਾਂ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹੈ ਸਲਮਾਨ ਖਾਨ ਦੇ ਨਾਲ ਇਸ ਵਰੇ ਵੀ ਵਿਵਾਦ ਜੁੜੇ ਰਹੇ ਸੁਲਤਾਨ ਫਿਲਮ ਉਹਨਾਂ ਦੀ ਆਈ ਪ੍ਰੇਮ ਰਤਨ ਦਨ ਪਾਇਓ ਫਿਲਮ ਉਹਨਾਂ ਦੀ ਆਈ ਇਹ ਫਿਲਮਾਂ ਦੋਨੋਂ ਕਾਮਯਾਬ ਰਹੀਆਂ ਪਰ ਸਲਮਾਨ ਖਾਨ ਨੇ ਪਾਕਿਸਤਾਨੀ ਕਲਾਕਾਰਾਂ ਦੇ ਬਾਰੇ ਇੱਕ ਗੱਲ ਕਹੀ ਸੀ ਕਿ ਇਨ੍ਹਾਂ ਕਲਾਕਾਰਾਂ ਨੂੰ ਵੀਜ਼ਾ ਸਰਕਾਰ ਦਿੰਦੀ ਹੈ ਇਹ ਕੋਈ ਅਤਵਾਦੀ ਨਹੀਂ ਇਹ ਲੋਕ ਨੇ ਜਿਹੜੇ ਉਹ ਲੀਗਲ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਆਉਂਦੇ ਨੇ ਤਾਂ ਇਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਗੁਲਾਮ ਅਲੀ ਖਾਨ ਸਾਹਿਬ ਦੇ ਨਾਲ ਵੀ ਇਸ ਬਾਰੇ ਦੇ ਵਿੱਚ ਵਿਵਾਦ ਜੁੜਿਆ ਰਿਹਾ। ਉਹਨਾਂ ਨੂੰ ਕੁਝ ਕ ਕੱਟੜ ਜਥੇਬੰਦੀਆਂ ਦੇ ਵੱਲੋਂ ਇੱਧਰ ਪ੍ਰੋਗਰਾਮ ਕਰਨ ਤੋਂ ਨਾ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਉਹ ਪ੍ਰੋਗਰਾਮ ਰੱਦ ਵੀ ਕੀਤੇ ਗਏ। ਇਸ ਤੋਂ ਇਲਾਵਾ ਕੁਝ ਕੋ ਹੋਰ ਫਿਲਮਾਂ ਵੀ ਰਹੀਆਂ ਜਿਨ੍ਹਾਂ ਦੇ ਨਾਲ ਵਿਵਾਦ ਜੁੜੇ ਰਹੇ ਪਰ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ 2016 ਦੇ ਵਿੱਚ ਕੁਝ ਇੱਕ ਫਿਲਮਾਂ ਹੀ ਕਾਮਯਾਬ ਹੋਈਆਂ। ਬਹੁਤਿਆਂ ਫਿਲਮਾਂ ਬਾਲੀਵੁੱਡ ਦੀਆਂ ਇਹੋ ਜਿਹੀਆਂ ਸਨ ਜਿਨ੍ਹਾਂ ਤੋਂ ਉਮੀਦਾਂ ਬੇਹੱਦ ਸੀ ਪਰ ਉਹ ਕਾਮਯਾਬ ਨਾ ਹੋ ਸਕੀਆਂ ਦੋਸਤੋ ਇਸ ਧਰਤੀ ਦੇ ਉੱਤੇ ਕੋਈ ਵੀ ਬੱਚਾ ਜਨਮ ਲੈਂਦਾ ਬੇਸ਼ੱਕ ਉਹ ਮੁੰਡਾ ਹੋਵੇ ਜਾਂ ਕੁੜੀ ਉਹਦੇ ਨਾਲ ਕੋਈ ਵਿਵਾਦ ਨਹੀਂ ਜੁੜਨਾ ਚਾਹੀਦਾ ਪਰ ਕਿਉਂਕਿ ਅਸੀਂ ਕੱਟੜਵਾਦੀਆਂ ਕਿਉਂਕਿ ਅਸੀਂ ਪੁਰਾਣੀਆਂ ਰਵਾਇਤਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਅਸੀਂ ਵਿਲੇ ਵੀ ਹਾਂ ਇਸ ਕਰਕੇ ਅਸੀਂ ਨਿੱਕੀ ਜੀ ਗੱਲ ਦਾ ਪੜੁੱਲ ਬਣਾ ਕੇ ਪੇਸ਼ ਕਰਦੇ ਹਾਂ ਪਿਛਲੇ ਦਿਨੀ ਖਬਰ ਆਈ ਸੀ ਕਿ ਕਰੀਨਾ ਕਪੂਰ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਸੈਫਲੀ ਖਾਨ ਬਾਪੂ ਬਣ ਗਿਆ ਮੁੰਡੇ ਦਾ ਨਾਂ ਰੱਖਿਆ ਗਿਆ ਤੈਮੂਰ ਬਹੁਤ ਸਾਰੇ ਲੋਕਾਂ ਨੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤੈਮੂਰ ਨਾਂ ਰੱਖਣ ਦਾ ਵਿਰੋਧ ਵੀ ਕੀਤਾ ਹੈ ਇਹਨਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਤੈਮੂਰ ਤਾਂ ਇੱਕ ਮੁਗਲ ਸ਼ਾਸਕ ਹੋਇਆ ਜਿਹਦੇ ਵੱਲੋਂ ਬਹੁਤ ਜ਼ਿਆਦਾ ਜ਼ਾਲਮਾਨਾ ਹਰਕਤਾਂ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਲੋਕਾਂ ਨੂੰ ਵੱਢਿਆ ਟੁੱਕਿਆ ਗਿਆ ਜਿਦੇ ਕਰਕੇ ਬੇਹੱਦ ਸਾਨੂੰ ਦੁੱਖ ਹੋਇਆ ਕਿ ਕਰੀਨਾ ਕਪੂਰ ਤੇ ਸੈਫ ਨੇ ਆਪਣੇ ਪੁੱਤ ਦਾ ਨਾਮ ਤੈਮੂਰ ਕਿਉਂ ਰੱਖਿਆ ਪਰ ਜੇਕਰ ਅਸੀਂ ਥੋੜਾ ਜਾ ਡੁੰਗਾਈ ਦੇ ਵੱਲ ਜਾ ਕੇ ਦੇਖੀਏ ਤਾਂ ਤੈਮੂਰ ਦਾ ਮਤਲਬ ਹੈ ਲੋਹਾ ਭਾਵ ਲੋਹੇ ਵਰਗਾ ਮਜ਼ਬੂਤ ਭਾਵ ਬਹਾਦਰ ਹੋ ਸਕਦਾ ਇਸ ਮਾਪੇ ਦੇ ਵੱਲੋਂ ਨਾਂ ਰੱਖਿਆ ਗਿਆ ਹੋਵੇ ਤੈਮੂਰ ਇਸ ਕਰਕੇ ਕਿ ਉਹ ਆਪਣੇ ਪੁੱਤ ਨੂੰ ਪਵਿੱਖ ਦੇ ਵਿੱਚ ਬਹਾਦਰੀ ਦੇ ਪ੍ਰਤੀਕ ਦੇ ਤੌਰ ਦੇ ਉੱਤੇ ਦੇਖਣਾ ਚਾਹੁੰਦੇ ਨੇ ਪਰ ਜਿਹੜੇ ਲੋਕ ਵਿਰੋਧਤਾ ਕਰ ਰਹੇ ਨੇ ਉਹਨਾਂ ਦੀ ਸੋਚ ਦੇ ਉੱਤੇ ਹੈਰਾਨੀ ਜ਼ਰੂਰ ਹੋਈ ਕਿ ਇਹ ਲੋਕ ਸਮਾਜ ਦੇ ਹਰ ਪੱਖ ਤੋਂ ਹਰ ਮਸਲੇ ਤੋਂ ਕਿਹੋ ਜੇ ਠੇਕੇਦਾਰ ਬਣੇ ਹੋਏ ਨੇ ਕੀ ਹੁਣ ਇਹਨਾਂ ਲੋਕਾਂ ਦੇ ਕੋਲੋਂ ਸਰਟੀਫਿਕੇਟ ਲੈਣਾ ਪਵੇਗਾ ਕਿ ਅਸੀਂ ਆਪਣੇ ਪੁੱਤ ਤੀ ਦਾ ਨਾਂ ਕੀ ਰੱਖਣਾ ਹੈ ਸੋ ਇਹਨਾਂ ਵਿਹਿਲੜ ਲੋਕਾਂ ਦੇ ਵੱਲੋਂ ਵਿਰੋਧਤਾ ਕੀਤੀ ਗਈ ਹੈ ਜਿਸ ਦੀ ਸਮਾਜ ਦੇ ਇੱਕ ਹਿੱਸੇ ਦੇ ਵੱਲੋਂ ਜਗ ਹਸਾਈ ਵੀ ਕੀਤੀ ਗਈ ਇਹਨਾਂ ਲੋਕਾਂ ਦੇ ਵਿਰੋਧ ਨੂੰ ਦੋ ਚਾਰ ਦਿਨ ਤਾਂ ਲੋਕਾਂ ਨੇ ਪੜਿਆ ਵੱਖ-ਵੱਖ ਥਾਵਾਂ ਦੇ ਉੱਤੇ ਸੁਣਿਆ ਵੱਖ-ਵੱਖ ਥਾਵਾਂ ਦੇ ਉੱਤੇ ਪਰ ਫਿਰ ਇਹ ਗੱਲਾਂ ਆਈਆਂ ਗਈਆਂ ਹੋ ਗਈਆਂ ਬਾਲੀਵੁੱਡ ਦੇ ਕਲਾਕਾਰ ਦੋਸਤੋ ਕਮਾਉਂਦੇ ਵੀ ਬਹੁਤ ਨੇ ਤੇ ਗਵਾਉਂਦੇ ਵੀ ਬਹੁਤ ਨੇ ਕਈ ਕਲਾਕਾਰ ਸੰਭਾਲ ਕੇ ਰੱਖਦੇ ਨੇ ਤੇ ਕਈ ਕਲਾਕਾਰ ਉਜਾੜ ਦਿੰਦੇ ਨੇ ਪਰ ਜਿਹੜੇ ਕਲਾਕਾਰ ਸੰਭਾਲ ਕੇ ਰੱਖਦੇ ਨੇ ਕਮਾਈ ਚੋਖੀ ਕਰਦੇ ਨੇ ਪਰ ਉਹ ਅਜਾਈ ਨਹੀਂ ਗਵਾਉਂਦੇ ਉਹਨਾਂ ਦਾ ਜ਼ਿਕਰ ਵੱਖ-ਵੱਖ ਸੂਚੀਆਂ ਦੇ ਵਿੱਚ ਵੀ ਹੁੰਦਾ ਹੁਣ ਇੱਕ ਸੂਚੀ ਆਈ ਹੈ ਫੂਬਰਸਤੀ ਇਹ ਬਹੁਤ ਵੱਡੀ ਸੂਚੀ ਹੁੰਦੀ ਹੈ ਕਿਉਂਕਿ ਹਰ ਸਾਲ ਕਿਹੜੇ ਖੇਤਰ ਦੇ ਵਿੱਚ ਕਿਸ ਨੇ ਕਿੰਨੀ ਕਮਾਈ ਕੀਤੀ ਹੈ ਇਹਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਜਾਂਦੀ ਹੈ ਹੁਣ 100 ਸੈਲੀਬ੍ਰਿਟੀ ਦੀ 100 ਕਲਾਕਾਰਾਂ ਦੀ ਇੱਕ ਸੂਚੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਇਹਦੇ ਵੱਲੋਂ ਤੇ ਇਹਦੇ ਜ਼ਰੀਏ ਪਤਾ ਲੱਗਾ ਕਿ ਸਲਮਾਨ ਖਾਨ ਲੰਗੇ ਵਰੇ ਦੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਕਲਾਕਾਰ ਬਣੇ ਨੇ 270 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਉਹਨਾਂ ਨੇ ਇੱਕ ਸਾਲ ਦੇ ਵਿੱਚ ਕੀਤੀ ਹੈ ਦੂਜੇ ਨੰਬਰ ਦੇ ਉੱਤੇ ਆਏ ਨੇ ਸ਼ਾਹਰੂਖ ਖਾਨ ਉਹਨਾਂ ਦੇ ਵੱਲੋਂ 223 ਕਰੋੜ ਰੁਪਏ ਤੋਂ ਕੁਝਕ ਵੱਧ ਕਮਾਈ ਕੀਤੀ ਗਈ ਹੈ ਇੱਕ ਸਾਲ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਅਕਸ਼ੇ ਕੁਮਾਰ ਆਏ ਨੇ ਉਹਨਾਂ ਨੇ 200 ਤੇ 3 ਕਰੋੜ ਰੁਪਈਆ ਕਮਾਇਆ ਪੂਰੇ ਸਾਲ ਦੇ ਵਿੱਚ ਉਹ ਤੀਜੇ ਨੰਬਰ ਦੇ ਉੱਤੇ ਨੇ ਤੇ ਨੌਵੇਂ ਸਥਾਨ ਦੇ ਉੱਤੇ ਅਮਿਤabਚਨ ਆਏ ਨੇ ਉਹਨਾਂ ਦੀ ਕਮਾਈ ਇਸ ਵਾਰ ਦੇ ਵਿੱਚ 39 ਕਰੋੜ ਤੋਂ ਥੋੜੀ ਜਿਹੀ ਵੱਧ ਹੈ ਉਹ ਨੌਵੇਂ ਨੰਬਰ ਤੇ ਆਏ ਨੇ ਇਸ ਸੂਚੀ ਦੇ ਵਿੱਚ ਰਜਨੀ ਕਾਂਤ ਨੂੰ ਵੀ ਸ਼ਾਮਿਲ ਕੀਤਾ ਗਿਆ ਚੇਤਨ ਭਗਤ ਨੂੰ ਵੀ ਸ਼ਾਮਿਲ ਕੀਤਾ ਗਿਆ ਬਹੁਤ ਸਾਰੇ ਹੋਰ ਕਲਾਕਾਰ ਵੀ ਨੇ ਪਰ ਕੁਲ ਮਿਲਾ ਕੇ ਇਹ ਗੱਲ ਕਹਿ ਸਕਦੇ ਆ ਕਿ ਸਲਮਾਨ ਦੀਆਂ ਜਿਸ ਤਰੀਕੇ ਨਾਲ ਫਿਲਮਾਂ ਚੱਲਦੀਆਂ ਨੇ ਕਾਮਯਾਬ ਹੁੰਦੀਆਂ ਨੇ ਉਸੇ ਤਰੀਕੇ ਦੇ ਨਾਲ ਉਹ ਕਮਾਈ ਦੇ ਮਾਮਲੇ ਦੇ ਵਿੱਚ ਵੀ ਅਵਲ ਨੇ ਦੋਸਤੋ ਜਦੋਂ ਅਸੀਂ ਪੋਲੀਵੁੱਡ ਦੀ ਗੱਲ ਕਰਦੇ ਆ ਜਾਂ ਪੰਜਾਬੀ ਗੀਤ ਸੰਗੀਤ ਦੀ ਤਾਂ ਹਮੇਸ਼ਾ ਕਾਮਨਾ ਕਰਦੇ ਆ ਕਿ ਤੰਦਰੁਸਤੀ ਦੇ ਵਿੱਚੋਂ ਇਹ ਖੇਤਰ ਹਮੇਸ਼ਾ ਲੰਘੇ ਇਸ ਖੇਤਰ ਨੂੰ ਕਿਸੇ ਕਿਸਮ ਦੀ ਚੁਣੌਤੀ ਨਾ ਦਰਪੇਸ਼ ਆਵੇ ਤੇ ਇਸ ਖੇਤਰ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਉਹ ਹਮੇਸ਼ਾ ਨਵ ਬਰ ਨਵ ਰਹਿਣ ਸਫਲਤਾ ਨੂੰ ਚੁੰਮਦੇ ਰਹਿਣ ਪਰ 2016 ਵਰੇ ਦੇ ਵਿੱਚ ਕਈ ਇਹੋ ਜਿਹੇ ਫਨਕਾਰ ਨੇ ਪੰਜਾਬੀ ਨਾਲ ਜੁੜੇ ਹੋਏ ਜੋ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਮਨਪ੍ਰੀਤ ਅਖਤਰ ਜਿਹੜੇ ਕਿ ਦਲਸ਼ਾਦ ਅਖਤਰ ਦੀ ਪੈਣ ਸਨ ਉਹ ਇਸ ਵਾਰੇ ਸਾਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਂ ਸੀ ਬੜੇ ਖੂਬਸੂਰਤ ਗੀਤ ਨੇ ਉਹਨਾਂ ਦੇ ਜੋ ਸੁਣੇ ਜਾ ਸਕਦੇ ਨੇ ਉਹਨਾਂ ਦੀ ਆਵਾਜ਼ ਸੋਜ਼ ਭਰੀ ਸੀ ਤੇ ਉਹਨਾਂ ਨੇ ਕੁਝ ਕੁਝ ਹੋਤਾ ਹੈ ਫਿਲਮ ਦੇ ਵਿੱਚ tujhe yaad na meri aayi kisi se ab kya kehna ਇਹ ਵੀ ਬਾਕਮਾਲ ਤਰੀਕੇ ਨਾਲ ਗਾਇਆ ਸੀ ਉਸ ਤੋਂ ਬਾਅਦ ਤਾਂ ਕਈ ਹੋਰ ਕਲਾਕਾਰਾਂ ਦੇ ਵੀ ਵਿਛੋੜੇ ਦੀ ਖਬਰ ਆਈ ਫਕੀਰ ਚੰਦ ਪਤੰਗਾ ਜਿਹੜੇ ਕਿ ਮਸ਼ਹੂਰ ਦੁਗਾਣਾ ਗਾਇਕ ਰਹੇ ਨੇ ਉਹ ਵੀ ਸਾਨੂੰ ਇਸ ਵਰੇ ਦੇ ਵਿੱਚ ਵਿਛੋੜਾ ਦੇ ਗਏ ਗੁਰਚਰਨ ਵਿਰਕ ਜਿਨ੍ਹਾਂ ਨੇ ਬਹੁਤ ਸਾਰੇ ਗੀਤ ਲਿਖੇ ਬਹੁਤ ਸਾਰੇ ਗੀਤਾਂ ਨੂੰ ਨਿਰਦੇਸ਼ਿਤ ਕੀਤਾ ਬਹੁਤ ਸਾਰੇ ਡਾਇਰੈਕਸ਼ਨ ਦੇ ਤੌਰ ਦੇ ਉੱਤੇ ਇਹੋ ਜਿਹੇ ਕੰਮ ਕੀਤੇ ਜੋ ਅਲੈਦੇ ਸਨ ਉਹਨਾਂ ਨੇ ਸਾਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਦਿੱਤਾ ਇਸ ਦੇ ਇਲਾਵਾ ਮੀਰ ਮਿੱਤਲ ਸਾਹਿਬ ਵੀ ਇਸ ਵਰੇ ਦੇ ਵਿੱਚ ਅਲਵਿਦਾ ਕਹਿ ਗਏ ਮੇਰ ਮਿੱਤਲ ਖੁਰਾਂ ਦੀ ਉਮਰ ਚੋਖੀ ਸੀ ਪਰ ਜਦੋਂ ਵੀ ਉਹਨਾਂ ਦਾ ਜ਼ਿਕਰ ਅਸੀਂ ਕਰਦੇ ਆ ਉਦੋਂ ਇਹ ਜਾਪਦਾ ਕਿ ਉਹ ਸਾਡੇ ਸਾਹਮਣੇ ਨੇ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਜੋ ਜੋ ਕੁਝ ਸਾਡੇ ਸਾਹਮਣੇ ਪੇਸ਼ ਹੋਇਆ ਅੱਜ ਤੱਕ ਉਹਨਾਂ ਨੂੰ ਦਰਸ਼ਕਾਂ ਨੇ ਬੇਹੱਦ ਮੁਹੱਬਤ ਦਿੱਤੀ ਹੈ ਜਾਨਕੀ ਦਾਸ ਭਾਰਦਵਾਜ ਜਿਹੜੇ ਕਿ ਠੰਡੂ ਰਾਮ ਦੇ ਤੌਰ ਦੇ ਉੱਤੇ ਆਕਾਸ਼ਵਾਣੀ ਤੇ ਬੇਹੱਦ ਮਕਬੂਲ ਕਿਰਦਾਰ ਦੇ ਤੌਰ ਤੇ ਸਾਹਮਣੇ ਆਏ ਸਨ ਉਨ੍ਹਾਂ ਦੇ ਵੱਲੋਂ ਵੀ ਅਲਵਿਦਾ ਕਹਿ ਦਿੱਤੀ ਗਈ ਕੁਝ ਇੱਕ ਹੋਰ ਕਲਾਕਾਰ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜਿਨ੍ਹਾਂ ਦੇ ਵਿੱਚ ਇੱਕ ਮਨਮੀਤ ਅਲੀ ਸ਼ੇਰ ਵੀ ਸ਼ਾਮਲ ਨੇ ਬ੍ਰਿਸਬੇਨ ਦੇ ਵਿੱਚ ਇਸ ਨੌਜਵਾਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੈਮੀਕਲ ਸੁੱਟ ਕੇ ਉਸ ਦੀ ਮੌਤ ਦਾ ਉਹ ਕਾਰਨ ਬਣਿਆ ਤੇ ਪੂਰੇ ਪੰਜਾਬ ਨੇ ਨਹੀਂ ਸਗੋਂ ਪੂਰੀ ਦੁਨੀਆ ਨੇ ਇਸ ਨੌਜਵਾਨ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਅਸੀਂ ਚਾਹੁੰਦੇ ਹਾਂ ਕਿ ਆਉਂਦੇ ਬਰੇ ਦੇ ਵਿੱਚ ਕਿਸੇ ਨੂੰ ਤਤੀਵਾ ਨਾ ਲੱਗੇ ਪੰਜਾਬੀ ਗੀਤ ਸੰਗੀਤ ਦੀ ਗੱਲ ਕਰਗੇ ਬੇਸ਼ੱਕ ਇਸੇ ਹੋਰ ਖੇਤਰ ਦੀ ਗੱਲ ਕਰਗੇ ਹਿੰਦੀ ਭਾਸ਼ਾਈ ਖੇਤਰ ਦੀ ਗੱਲ ਕਰਗੇ ਹਰ ਖੇਤਰ ਦੇ ਵਿੱਚ ਤੰਦਰੁਸਤੀ ਵਾਪਰੇ ਹਰ ਖੇਤਰ ਦੇ ਲੋਕ ਅੱਗੇ ਵਧਣ ਚੁਣੌਤੀਆਂ ਦੇ ਨਾਲ ਮੱਥਾ ਨਾ ਲੱਗੇ ਸਫਲਤਾ ਕਦਮ ਚੋਂ ਮੇ ਪਰ ਇਹਦੇ ਲਈ ਸਾਨੂੰ ਮਿਹਨਤ ਜ਼ਰੂਰ ਕਰਨੀ ਪੈਣੀ ਹੈ 2016 ਦੇ ਵਿੱਚ ਅਸੀਂ ਵੱਖ-ਵੱਖ ਕਾਰਨਾ ਕਰਕੇ ਸ਼ਾਇਦ ਮਿਹਨਤ ਕਰਨ ਤੋਂ ਖੁੰਝ ਵੀ ਗਏ ਹੋਏਗੇ ਪਰ 2017 ਦੇ ਵਿੱਚ ਕੁਦਰਤ ਸਾਨੂੰ شدت ਦੇ ਨਾਲ ਮਿਹਨਤ ਕਰਨ ਦਾ ਬਲ ਬਖਸ਼ੇ ਤੇ ਅਸੀਂ ਕਾਮਯਾਬੀ ਦੀਆਂ ਪੌੜੀਆਂ ਲਗਾਤਾਰ ਚੜਦੇ ਜਾਗੇ ਖਬਰਾਂ ਕੁਝ ਹੋਰ ਵੀ ਸਨ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ